ਦੁਨੀਆ ਰੰਗ ਬਰੰਗੀ ਤੇ ਹਰ ਇਨਸਾਨ ਇਸ ਧਰਤੀ ਤੇ ਕੁਛ ਨਾ ਕੁਛ ਚੰਗਾ ਕਰਨਾ ਲੋਚਦਾ। ਜਦੋਂ ਗੱਲ ਕਰਦੇ ਆ ਅਸੀਂ ਜਨਮ ਦਿਨ ਦੀ, ਤਾਂ ਲੋਕ ਵੱਡੇ ਪੱਧਰ ਤੇ ਰੈਸਟੋਰੈਂਟ ਦੇ ਵਿੱਚ ਜਾ ਕੇ, ਪਾਰਟੀਆਂ ਦੇ ਵਿੱਚ ਜਾ ਕੇ ਉਸ ਜਨਮ ਦਿਨ ਮਨਾਉਂਦੇ ਨੇ। ਜ਼ਮੀਨ ਨਾਲ ਜੁੜਿਆ ਹੋਇਆ ਇੱਕ ਬੰਦਾ ਕੁੰਦਨ ਗੋਗੀਆ, ਜੋ ਆਪਣਾ ਜਨਮ ਦਿਨ ਹਮੇਸ਼ਾ ਹੀ ਅਨਾਥ ਆਸ਼ਰਮ ਜਾਂ ਕੁੰਗਲਾ ਆਸ਼ਰਮ ਵਿੱਚ ਜਾ ਕੇ ਮਨਾਉਂਦੇ। ਅੱਜ ਉਹਨਾਂ ਦਾ ਜਨਮ ਦਿਨ ਹੈ। ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਲੋਕ, ਪਟਿਆਲੇ ਦੇ ਉਹ ਲੋਕ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਵੀ ਜਿਹੜਾ ਲੋਕ ਸੇਵਾ ਕਰਦਾ ਅਸੀਂ ਉਸ ਨੂੰ ਜਨਮ ਦਿਨ ਦੀ ਮੁਬਾਰਕ ਦੇਣੀ ਹੈ, ਉਹ ਅੱਜ ਇਸ ਵੀਰ ਦਸੌਂਦੀ ਰਾਮ ਪਿਘਲਾ ਆਸ਼ਰਮ ਇੱਥੇ ਆਏ ਨੇ, ਵਧਾਈਆਂ ਦੇ ਰਹੇ ਨੇ ਤੇ ਸੈਲੀਬ੍ਰੇਸ਼ਨ ਕਰ ਰਹੇ ਨੇ। ਕਿਸੇ ਨਾਲ ਸੈਲੀਬ੍ਰੇਸ਼ਨ ਕਰ ਰਹੇ ਨੇ ਜੋ ਇੱਥੇ ਪੀੜਤ ਲੋਕ ਨੇ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰ ਰਹੇ ਨੇ। ਆਪਣੇ ਭਾਈ ਕੁੰਦਨ ਗੋਗਿਆਂ ਨੂੰ ਮੈਂ ਜਨਮ ਦਿਨ ਦੀ ਲੱਖ ਲੱਖ ਵਧਾਈਆਂ ਦਿੰਦਾ। ਉਸ ਤੋਂ ਬਾਅਦ ਜੋ ਕੁੰਦਨ ਗੋਗਿਆ ਜੀ ਨੇ ਕਦਮ ਚੱਕੇ ਆ ਜਨਮ ਦਿਨ ਮਨਾਉਣ ਦਾ, ਵੀ ਜਿਸ ਤਰ੍ਹਾਂ ਲੋਕ ਹੋਟਲਾਂ 'ਚ ਮਨਾਉਂਦੇ ਹੈ, ਅੱਜ ਇਹਨਾਂ ਨੇ ਪਿੰਗਲਾ ਆਸ਼ਰਮ 'ਚ ਜਨਮ ਦਿਨ ਮਨਾਇਆ। ਸਾਰੇ ਜਿੰਨੇ ਵੀ ਲੋਕ ਆਏ ਬਹੁਤ ਪ੍ਰਸੰਨ ਹੋਏ ਹੈ ਵੀ ਇੱਕ ਸਮਾਜ ਸੇਵਿਕਾ ਵੀ ਹੋ ਗਈ, ਜਨਮ ਦਿਨ ਵੀ ਮਨਾਇਆ ਗਿਆ, ਸਾਰਾ ਕੁਝ ਹੋ ਗਿਆ। ਫਿਰ ਇਹਨਾਂ ਨੂੰ ਮੈਂ ਆਪਣੀ ਤਰਫ ਤੋਂ ਸਾਰੀ ਆਪਣੀ ਟੀਮ ਦੀ ਤਰਫੋਂ ਅਲੱਗ ਅਲੱਗ ਵਧਾਈਆਂ ਦੇ। ਮੈਂ ਅੱਜ ਖਾਸ ਤੌਰ 'ਤੇ ਗੁਰਗੋਬਿੰਦ ਜੀ ਤੋਂ ਸਮਾਜ ਸੇਵੀ ਤਾਂ ਮੇਰੇ ਹਮੇਸ਼ਾ ਨਾਮ ਹੈ ਨਾਮੀ ਨਹੀਂ ਹੈ ਅਤੇ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਨੇ ਅਤੇ ਜਿਹੜਾ ਇਹ ਕਦਮ ਉਹਨਾਂ ਨੇ ਚੱਕਿਆ ਅੱਜ ਪਿੰਗਲ ਵਾਲੇ ਆ ਕੇ ਆਪਣਾ ਜਨਮ ਦਿਨ ਮਨਾਉਣ ਵਾਸਤੇ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਸਾਡੇ, ਮੈਂ ਗਿਆਨ ਚੌਧਰੀ ਦੀ ਸੁਸਾਇਟੀ ਵੱਲੋਂ ਵੀ ਇਹਨਾਂ ਨੂੰ ਮੁਬਾਰਕਾਂ ਦਿੰਦਾ। ਅਸੀਂ ਵੀ ਜਨਮ ਦਿਨ 'ਤੇ ਵੀ ਆਪਣੇ ਮੈਂਬਰਸ ਨੇ ਪਿੰਗਲ ਵਾਲੇ ਜਾਂ ਬਿਰਧ ਆਸ਼ਰਮ ਜਾਂ ਪੁੱਦੇ ਲਾ ਕੇ ਮਨਾਉਂਦੇ ਸੀਗੇ ਅਤੇ ਇਹਨਾਂ ਨੇ ਵੀ ਅੱਜ ਦਾ ਕਦਮ ਚੁੱਕਿਆ। ਔਰ ਇਹਨਾਂ ਨੂੰ ਸਾਰੇ ਮੈਂਬਰਾਂ ਨੂੰ ਮੈਂ ਅਪੀਲ ਕਰਾਂਗਾ ਕਿ ਆਪਣੇ ਆਪਣੇ ਜਨਮ ਦਿਨ 'ਤੇ ਪੁੱਦੇ ਵੀ ਲਗਾਉਣ ਅਤੇ ਇੱਥੇ ਆ ਕੇ ਜਨਮ ਦਿਨ ਮਨਾਉਣ ਅਤੇ ਇੱਕ ਵਾਰੀ ਦੁਬਾਰਾ ਇਹਨਾਂ ਨੂੰ ਲੱਖ ਲੱਖ ਵਧਾਈ ਜਨਮ ਦਿਨ ਦੀ ਅਤੇ ਇੱਦਾਂ ਹੀ ਸੇਵਾ ਕਰਦੇ ਰਹਿਣ ਪਟਿਆਲੇ ਦੀ, ਪੰਜਾਬ ਦੀ, ਹਿੰਦੁਸਤਾਨ ਦੀ। ਮੈਂ ਪਹਿਲਾਂ ਤਾਂ ਕੁੰਦਨ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਉਹਨਾਂ ਦੇ ਬਰਥਡੇ 'ਤੇ। ਇਹ ਸਾਡਾ ਘੱਟੋ ਘੱਟ 30-35 ਸਾਲ ਪੁਰਾਣਾ ਮਿੱਤਰ ਹੈ ਜੀ। ਮੈਂ ਅੱਜ ਪਿੰਗਲ ਵਾਲੇ ਬਹੁਤ ਦੇਰ ਬਾਅਦ ਆਇਆ ਪਰ ਮੈਨੂੰ ਇੱਥੇ ਆ ਕੇ ਅੱਛਾ ਤਾਂ ਚਲੋ ਲੱਗਣਾ ਹੀ ਹੈ, ਪਰ ਮੈਂ ਇੱਥੇ ਜਿਹੜੇ ਡੋਨਰ ਇੱਥੇ ਪਰਮਾਨੈਂਟ ਉਹਨਾਂ ਦੀ ਲਿਸਟ ਪੜ੍ਹ ਕੇ ਮੈਨੂੰ ਵੀ ਅੰਦਰੋਂ ਲੱਗਿਆ ਵੀ ਮੈਨੂੰ ਵੀ ਕੁਛ ਕਰਨਾ ਚਾਹੀਦਾ। ਮੈਂ ਲੋਕਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਖੁਦ ਦੀ ਗੱਲ ਕਰ ਰਿਹਾ ਕਿਉਂਕਿ ਸਾਨੂੰ ਜਾਂ ਅਸੀਂ ਆਪ ਬਦਲਾਂਗੇ, ਲੋਕਾਂ ਨੂੰ ਬਦਲਣ ਦੀ ਲੋੜ ਨਹੀਂ। ਇਮੋਸ਼ਨਲ ਹੋ ਕੇ ਮੈਂ ਸੋਚ ਰਿਹਾ ਅਸੀਂ ਵੀ ਇੱਥੇ ਸੇਵਾ ਕਰਿਆ ਕਰੀਏ, ਕਿਉਂਕਿ ਮੈਂ ਇੱਕ ਹੋਰ ਬਹੁਤ ਵੱਡੀ ਔਰਗਨਾਈਜੇਸ਼ਨ ਨਾਲ ਜੁੜਿਆ ਹੋਇਆ ਜਿਹੜੀ ਵਰਲਡ ਦੀ 182 ਕੰਟਰੀ ਚੱਲਦੀ ਹੈ, ਉਹ ਵੀ ਚੀਜ਼ ਅਲੱਗ ਹੈ ਪਰ ਇਹ ਚੀਜ਼ ਬਹੁਤ ਹੀ ਵਧੀਆ ਸੇਵਾ ਕਰਨੀ। ਜਿਹੜੇ ਬੰਦੇ ਇੱਥੇ ਰਹਿੰਦੇ ਨੇ, ਅਪਾਹਜ ਨੇ ਜਾਂ ਜਿਨ੍ਹਾਂ ਦਾ ਕੋਈ ਅੱਗੇ ਪਿੱਛੇ ਨਹੀਂ ਹੈ, ਸਾਨੂੰ ਸਭ ਨੂੰ ਇਹ ਕਰਨਾ ਚਾਹੀਦਾ ਬਸ ਜਿਸ ਤਰ੍ਹਾਂ ਗੁਰਦੇ ਜੀ ਨੇ ਦੱਸਿਆ। ਇਹਨਾਂ ਦੇ ਨਾਲ ਰਲ ਕੇ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ, ਬਹੁਤ ਸੇਵਾਦਾਰ ਨੇ। ਅਸੀਂ ਇਹਨਾਂ ਦੇ ਕਈ ਵਾਰ ਜਿਹੜੇ ਵੀ ਇਹਨਾਂ ਨੇ ਪ੍ਰੋਗਰਾਮ ਕੀਤੇ ਐਂਟੀ ਕਰਪਸ਼ਨ ਹੋਰ, ਮੈਂ ਵੀ ਇਹਨਾਂ ਦੇ ਨਾਲ ਬਹੁਤ ਜੁੜਿਆ ਰਿਹਾ, ਇਸ ਕਰਕੇ ਸਾਨੂੰ ਸਭ ਨੂੰ ਇੱਥੇ ਸੇਵਾ ਕਰਨੀ ਚਾਹੀਦੀ ਹੈ। ਮੁਬਾਰਕਾਂ ਤੁਸੀਂ ਦੇ ਰਹੇ ਹੋ ਭਾਜੀ, ਅੱਜ ਮੇਰਾ ਜਨਮ ਦਿਹਾੜਾ ਸੀਗਾ ਤਾਂ ਮੇਰੀ ਜਿਹੜੀ ਸੋਚ ਹੈ ਕਿ ਪਿੰਗਲ ਵਾਲੇ ਦੇ ਵਿੱਚ ਆਪਣਾ ਜਨਮ ਦਿਹਾੜਾ ਮਨਾਇਆ ਜਾਵੇ। ਔਰ ਮੈਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਗਲਾ ਆਸ਼ਰਮ ਦੇ ਵਿੱਚ ਜਿਹੜੇ ਪਿੰਗਲਾ ਆਸ਼ਰਮ ਦੇ ਵਿੱਚ ਜਿਹੜੇ ਬੰਦੇ ਰਹਿੰਦੇ ਹੈ ਉਹਨਾਂ ਦੇ ਨਾਲ ਮੈਂ ਸੈਲੀਬ੍ਰੇਟ ਕਰ ਰਿਹਾ। ਔਰ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਜਿਹੜੇ ਵੀ ਤਿਉਹਾਰ ਵਾਰ ਤਿਉਹਾਰ ਹੁੰਦੇ, ਆਪਾਂ ਘਰੇ ਤਾਂ ਮਨਾਉਂਦੇ ਹੀ ਹੈ, ਹੋਟਲਾਂ 'ਚ ਵੀ ਮਨਾਉਂਦੇ ਹੈ, 5-star 'ਚ ਵੀ ਮਨਾਉਂਦੇ ਹੈ, ਕਲੱਬਾਂ 'ਚ ਵੀ ਮਨਾਉਂਦੇ ਹੈ, ਉਰੇ ਆ ਕੇ ਮਨਾਓ। ਉਰੇ ਇੱਕ ਤਾਂ ਮਨ ਨੂੰ ਸ਼ਾਂਤੀ ਮਿਲਦੀ ਹੈ ਔਰ ਸਕੂਨ ਮਿਲਦਾ, ਇਹਨਾਂ ਦਾ ਕੋਈ ਨਹੀਂ, ਆਪਾਂ ਇਹਨਾਂ ਦੇ ਪਰਿਵਾਰ ਹੈਗੇ, ਤਾਂ ਉਰੇ ਬਹੁਤ ਵਧੀਆ ਲੱਗਿਆ ਮੈਨੂੰ। ਬਾਕੀ ਮੈਂ ਬੇਨਤੀ ਕਰਾਂਗਾ ਲੋਕਾਂ ਨੂੰ ਜ਼ਰੂਰ ਇੱਕ ਵਾਰੀ ਵਿਜਿਟ ਕਰਕੇ ਜਾਣ ਪਿੰਗਲਾ ਆਸ਼ਰਮ ਦਾ, ਰਾਜਪੁਰਾ ਰੋਡ 'ਤੇ ਬਹੁਤ ਅੱਛਾ ਬਣਿਆ ਹੋਇਆ,
ਬਹੁਤ ਵਧੀਆ ਕੇਅਰ ਹੈ ਉਰੇ, ਔਰ ਸਾਡਾ ਇਨਸਾਨੀ ਫਰਜ਼ ਬਣਦਾ ਕਿ ਆਪਾਂ ਵੀ ਇਹਨਾਂ ਲੋਕਾਂ ਨਾਲ ਜੁੜੀਏ, ਇਹਨਾਂ ਦੀ ਸੇਵਾ ਕਰੀਏ। ਮੰਦਰ ਗੁਰਦੁਆਰਾ ਬਾਅਦ 'ਚ ਰਹਿ ਗਿਆ, ਪਹਿਲਾਂ ਇਹ ਆਪਾਂ ਇਹਨਾਂ ਦੀ ਸੇਵਾ ਕਰ ਲਵਾਂਗੇ, ਸਭ ਕੁਝ ਆਪਾਂ ਨੂੰ ਉਰੇ ਪ੍ਰਾਪਤੀ ਹੈ। ਮੈਂ ਕੋਈ ਨਾਸਤਿਕ ਨਹੀਂ ਹੈ, ਮੈਂ ਨਹੀਂ ਕਹਿ ਰਿਹਾ ਵੀ ਮੰਦਰ ਗੁਰਦੁਆਰੇ ਨਾ ਜਾਓ, ਮੰਦਰ ਗੁਰਦੁਆਰੇ ਵੀ ਜਾਓ, ਮਗਰ ਉਰੇ ਆ ਕੇ ਦੇਖੋ ਦੁਨੀਆ ਰਹਿੰਦੀ ਕਿੱਥੇ, ਦੁਨੀਆ ਵਾਸਦੀ ਕਿੱਥੇ ਹੈ। ਉੱਪਰ ਤਾਂ ਕਿਸੇ ਨੇ ਰੱਬ ਦੇਖਿਆ, ਪਤਾ ਨਹੀਂ ਦੇਖਿਆ, ਉਰੇ ਰੱਬ ਦੇਖਣ ਨੂੰ ਮਿਲਦਾ। ਔਰ ਫਿਰ ਇੱਕ ਵਾਰੀ ਬੇਨਤੀ ਕਰਾਂਗਾ ਪਰਮਾਤਮਾ ਅੱਗੇ ਕਿ ਸਾਡਾ ਆਪਸ ਭਾਈਚਾਰਾ ਪਿਆਰ ਬਣਿਆ ਰਹੇ, ਇੰਨਾ ਮੈਸੇਜ ਮੈਂ ਦੇਣਾ ਚਾਹੁੰਦਾ। ਔਰ ਮੈਂ ਜਿਹੜਾ ਮੇਰਾ ਜਨਮਦਿਨ, ਜਿਹੜੇ ਸਾਥੀਆਂ ਨੇ, ਜਿਹੜੇ ਸਾਡੇ ਸਾਰੇ ਭਾਈਚਾਰਾ ਨੇ ਜਿਹੜੇ ਮਨਾਇਆ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਜਦੋਂ ਮੈਂ ਉਹਨਾਂ ਨੂੰ ਵੀ ਦੁਆ ਦਿੰਦਾ ਵੀ ਇਸੇ ਤਰੀਕੇ ਨਾਲ ਆਪਣਾ ਪਿਆਰ ਬਣਿਆ ਰਹਿਣਾ ਚਾਹੀਦਾ। ਜਨਮਦਿਨ ਹਰੇਕ ਸਾਲ ਆਪਾਂ, ਮੇਰੇ ਜਾਣ ਤੋਂ ਬਾਅਦ ਵੀ ਵਿੰਗਣਵਾੜੇ ਦੇ ਵਿੱਚ ਜਨਮਦਿਨ ਮਨਾਇਆ ਜਾਵੇ, ਮੈਂ ਇਹ ਚੀਜ਼ ਮੰਗਣੀ ਚਾਹੁੰਦਾ। ਬਹੁਤ ਬਹੁਤ ਤੁਹਾਡਾ ਸੁਣਿਆ।